ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਸਾਡੇ ਮਹਿਮਾਨ ਹਨ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਮੁਖੀ ਸਨੌਰ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਜਿਵੇਂ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਜਿਹੜਾ ਪ੍ਰਚਾਰ ਸ਼ਿਖਰ 'ਤੇ ਪਹੁੰਚਿਆ ਹੋਇਆ, ਤੁਸੀਂ ਪਿੰਡਾਂ ਵਿੱਚ ਜਾ ਰਹੇ ਹੋ, ਵੋਟ ਮੰਗ ਰਹੇ ਹੋ, ਕਿਹਨਾਂ ਮੁੱਦਿਆਂ 'ਤੇ ਵੋਟ ਮੰਗ ਰਹੇ? ਅਸੀਂ ਪਿੰਡਾਂ ਦੇ ਵਿੱਚ, ਵੈਸੇ ਪ੍ਰਚਾਰ ਅੱਜ ਖਤਮ ਹੋ ਗਿਆ, ਹੁਣ 5 ਵਜੇ ਅੱਜ ਲਾਸਟ ਡੇ ਸੀ, ਔਰ ਅਸੀਂ ਸਾਰੇ ਪਿੰਡ ਤਕਰੀਬਨ ਕਵਰ ਕਰ ਲਏ ਨੇ। ਬਹੁਤ ਵੱਡਾ ਉਤਸ਼ਾਹ ਪਿੰਡਾਂ ਦੇ ਵਿੱਚ ਸਾਨੂੰ ਮਿਲਿਆ ਸਾਡੇ ਵਰਕਰਾਂ 'ਚ, ਕਿਉਂਕਿ ਵਿਕਾਸ ਦੇ ਮੁੱਦੇ 'ਤੇ ਅਸੀਂ ਚੋਣ ਲੜ ਰਹੇ ਹਾਂ। ਅਸੀਂ ਜੋ 1.5 ਸਾਲ ਪਿੱਛੇ ਕੀਤਾ ਕੈਪਟਨ ਸਾਹਿਬ ਨੇ ਅਤੇ ਮਹਾਰਾਣੀ ਸਾਹਿਬ ਨੇ, ਸਾਡੇ ਹਲਕੇ 'ਚ ਤਕਰੀਬਨ 100 ਕਰੋੜ ਰੁਪਈਏ ਦੇ ਸਾਨੂੰ ਪ੍ਰੋਜੈਕਟ ਦਿੱਤੇ ਨੇ, ਉਹ ਪ੍ਰੋਜੈਕਟਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਚੋਣ ਲੜ ਰਹੇ ਹਾਂ। ਮਾਨ ਸਾਹਿਬ, ਸਾਡੀ ਟੀਮ ਪਿੰਡਾਂ 'ਚ ਜਾ ਰਹੀ ਆ। ਪਿਛਲੇ ਦਿਨੀਂ ਅਸੀਂ ਮਹਿਮੂਦਪੁਰ ਰੁੜਕੀ ਗਏ, ਤੁਸੀਂ ਖਬਰ ਵੇਖੀ ਹੋਣੀ ਆਈ ਪੰਜਾਬ 'ਤੇ, ਅਸੀਂ ਖਬਰ ਚਲਾਈ ਆ। ਉਸ ਪਿੰਡ ਦਾ ਇੰਨਾ ਕੁ ਬੁਰਾ ਹਾਲ ਆ, ਪਿੰਡ ਦੇ ਵਿੱਚ ਤੁਸੀਂ ਵੜ ਨਹੀਂ ਸਕਦੇ, ਪਿੰਡ ਦੇ ਬਾਹਰ ਨੱਕ ਬੰਦ ਕਰਕੇ ਜਾਣਾ ਪੈਂਦਾ, ਪਿੰਡ ਦੇ ਸਕੂਲ ਦੇ ਵਿੱਚ ਪਾਣੀ ਭਰਿਆ ਹੋਇਆ। ਇਹ ਮੇਰੇ ਧਿਆਨ 'ਚ ਵੀ ਆਈ ਹੈ ਗੱਲ। ਦਰਅਸਲ ਜਿਹੜੇ ਸਾਨੂੰ ਹੁਣ ਪਹਿਲਾਂ ਆਇਆ ਪ੍ਰੋਜੈਕਟ ਆਏ ਨੇ, ਇਹ ਸਾਨੂੰ 400 ਕਿਲੋਮੀਟਰ ਸੜਕਾਂ ਦੇ ਆਏ ਨੇ। ਅਸੀਂ 400 ਕਿਲੋਮੀਟਰ ਸੜਕ ਇੱਥੇ ਸ਼ੁਰੂ ਕਰ ਦਿੱਤੀ ਹੈ, ਟੈਂਡਰ ਹੋ ਗਏ ਨੇ। ਜਿਹੜੇ 10 ਸਾਲ 'ਚ ਅਕਾਲੀ ਦਲ ਨੇ ਇੱਕ ਵੀ ਸੜਕ ਸਾਡੇ ਹਲਕੇ 'ਚ ਨਹੀਂ ਸੀ ਬਣਾਈ। ਉਸ ਤੋਂ ਬਾਅਦ 20 ਕਰੋੜ ਦੀਆਂ ਸੜਕਾਂ ਅਸੀਂ ਆਲਰੇਡੀ ਬਣਾ ਚੁੱਕੇ ਹਾਂ, ਔਰ ਜਿਹੜਾ ਸਕੂਲਾਂ ਲਈ ਪੈਸੇ ਅਸੀਂ ਹੁਣ ਮੰਗੇ ਨੇ, ਸਕੂਲਾਂ ਲਈ, ਧਰਮਸ਼ਾਲਾ ਲਈ, ਔਰ ਆਪਣੇ ਲੈਟਰੀਨ ਬਾਥਰੂਮਸ ਵਾਸਤੇ ਜਿਹੜੇ ਸਕੂਲਾਂ 'ਚ ਅਸੀਂ ਬਣਾਉਣਾ ਚਾਹੁੰਦੇ ਹਾਂ, ਉਹ ਪੈਸੇ ਅਸੀਂ ਸਾਰੇ ਹੁਣ ਡਿਮਾਂਡ ਕਰ ਰਹੇ ਹਾਂ, ਲਿਸਟਾਂ ਬਣ ਰਹੀਆਂ ਨੇ, ਔਰ ਮੈਨੂੰ ਆਸ ਹੈ ਬਹੁਤ ਜਲਦੀ ਉਹ ਆਉਣਗੇ। ਅਤੇ ਅਸੀਂ ਸਕੂਲਾਂ ਦੀ ਬਿਲਡਿੰਗਸ ਦੀ ਰਿਪੇਅਰ ਵੀ, ਔਰ ਸਕੂਲਾਂ 'ਚ ਜਿੱਥੇ ਪਾਣੀ ਖੜਦਾ ਉੱਥੇ ਅਸੀਂ ਪਰਤ ਪਾ ਕੇ ਉਹਨੂੰ ਉੱਚਾ ਵੀ ਕਰਾਂਗੇ, ਔਰ ਲੜਕੀਆਂ ਵਾਸਤੇ, ਲੜਕਿਆਂ ਵਾਸਤੇ ਅੱਡ ਅੱਡ ਬਾਥਰੂਮ ਅਸੀਂ ਹਰੇਕ ਪਿੰਡ 'ਚ ਬਣਾ ਕੇ ਦੇਵਾਂਗੇ। ਵਿਸ਼ੇਸ਼ ਤੌਰ 'ਤੇ ਉਸੇ ਪਿੰਡ ਬਾਰੇ ਜਦੋਂ ਅਸੀਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਪੁੱਛਿਆ, ਤਾਂ ਉਹਨਾਂ ਕਿਹਾ ਕਿ ਮੈਂ ਪ੍ਰੋਜੈਕਟ ਮਨਜ਼ੂਰ ਕਰਾ ਲਿਆ ਸੀ ਪਾਣੀ ਦੀ ਨਿਕਾਸੀ ਦਾ, ਪਰ ਹੈਰੀਮਾਨ ਨੇ ਉਹ ਰੱਦ ਕਰਵਾਤਾ, ਗ੍ਰਾਂਟ ਵਾਪਸ ਕਰਵਾਤੀ। ਚੰਦੂ ਮਾਜਰਾ ਸਾਹਿਬ ਨੇ ਤਾਂ ਬੜੇ ਪ੍ਰੋਜੈਕਟ ਮਨਜ਼ੂਰ ਕਰਾਏ ਨੇ, ਤੁਸੀਂ ਇੱਕ ਚੀਜ਼ ਤਾਂ ਦਿਖਾ ਦਿਓ ਹਲਕੇ 'ਚ ਕਿ ਚੰਦੂ ਮਾਜਰਾ ਸਾਹਿਬ ਨੇ ਮਨਜ਼ੂਰ ਕਰਾਈ ਹੋਵੇ। ਕਦੀ ਪ੍ਰੋਜੈਕਟ ਸ਼੍ਰੋਮਣੀ ਅਕਾਲੀ ਦਲ ਦਾ MLA ਮਨਜ਼ੂਰ ਕਰਾ ਲੂਗਾ ਜੀ ਸਰਕਾਰ ਤੋਂ? ਕਦੀ ਉਹਨੇ ਐਫਰਟ ਵੀ ਨਹੀਂ ਕੀਤਾ। ਮੈਨੂੰ ਇੱਕ ਚੀਜ਼ ਦਿਖਾ ਦੇ ਕਿ ਸਾਡੇ ਹਲਕੇ ਸਨੌਰ ਵਾਸਤੇ 500 ਰੁਪਏ ਦੀ ਕੋਈ ਪ੍ਰੋਜੈਕਟ ਲੈ ਕੇ ਆਇਆ ਹੋਵੇ। ਮੈਂ ਤਾਂ ਤੁਹਾਨੂੰ ਦਾਅਵੇ ਨਾਲ 100 ਕਰੋੜ ਕਹਿ ਰਿਹਾ, ਉਹ 500 ਰੁਪਏ ਦਾ ਪ੍ਰੋਜੈਕਟ ਵੀ ਦੱਸ ਦੇ ਕਿ ਇਸ ਹਲਕੇ 'ਚ ਕਿਸੇ ਪਿੰਡ ਨੂੰ ਦਿੱਤਾ। ਜੋ ਮੈਂ ਕਹਿ ਰਿਹਾ ਕਿ ਮੈਂ 10 ਕਰੋੜ ਰੁਪਇਆ ਪਿੰਡਾਂ 'ਚ ਵੰਡਿਆ, ਉਹ ਦੱਸ ਦੇ ਕਿ ਉਹਨੇ 500 ਰੁਪਇਆ ਕਿਸੇ ਪਿੰਡ 'ਚ ਦਿੱਤਾ। ਸੋ ਚੰਦੂ ਮਾਜਰੇ ਹੋਰੀ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਤੋਂ ਆਦਤ, ਇਹ ਝੂਠ ਹੀ ਬੋਲਦੇ ਨੇ, ਔਰ ਝੂਠ ਤੇ ਪੂਰਾ ਪਲੰਦਾ ਇਹਨਾਂ ਕੋਲ। ਇਹ ਜਿੱਥੇ ਅਸੀਂ ਸੜਕ ਬਣਾਉਂਦੇ ਹਾਂ ਇਹ ਰੀਬਨ ਲੈ ਕੇ ਉੱਥੇ ਪਹੁੰਚ ਜਾਂਦਾ ਕਿ ਅਸੀਂ ਮਨਜ਼ੂਰ ਕਰਾ ਕੇ ਲਿਆਏ ਹਾਂ। ਕੰਮ ਸਰਕਾਰਾਂ ਦੇ ਹੁੰਦੇ ਨੇ, ਹੁਣ ਇਲੈਕਸ਼ਨਾਂ 'ਚ ਵੀ ਲੋਕ ਉਹਨੂੰ ਪੁੱਛਦੇ ਨੇ ਤੂੰ 1.5 ਸਾਲ 'ਚ ਕੀਤਾ ਕੀ ਹੈ, ਉਹ ਕਹਿੰਦੇ ਨੇ ਜੀ ਇਹ ਤਾਂ ਸਰਕਾਰਾਂ ਦਾ ਕੰਮ ਹੈ। ਸੋ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ। ਚੰਦੂ ਮਾਜਰਾ ਜੀ ਦਾ ਕੋਈ ਪ੍ਰੋਜੈਕਟ ਦਾ ਕਾਗਜ਼ ਦੇਖ ਲੈਣਾ ਸੀ ਜਿਹੜਾ ਉਹਨਾਂ ਨੇ ਮਨਜ਼ੂਰ ਕਰਾਇਆ ਹੋਵੇ। ਮਾਨ ਸਾਹਿਬ, ਅਕਾਲੀ ਦਲ ਦੀਆਂ ਸਟੇਜਾਂ 'ਤੇ ਤੁਹਾਡੇ ਉੱਪਰ ਜਿਹੜੇ ਇਲਜ਼ਾਮ ਲਗਾਏ ਜਾਂਦੇ, ਵੈਸੇ ਤਾਂ ਜਦੋਂ ਵੀ ਚੋਣਾਂ ਹੁੰਦੀਆਂ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਆ,
ਤੁਹਾਡੇ 'ਤੇ ਇਲਜ਼ਾਮ ਲਗਾਏ ਜਾ ਰਹੇ ਤੁਹਾਡੇ ਵਰਕਰਾਂ 'ਤੇ ਕਿ ਪਲਾਟਾਂ 'ਤੇ ਕਬਜ਼ੇ ਕੀਤੇ ਜਾਂਦੇ, ਹੈਰੀਮਾਨ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਕਬਜ਼ੇ ਕਰਨ? ਇਹ ਚੰਦੂ ਮਾਜਰੇ ਹੋਰੀ ਦੋ ਤਿੰਨ ਗੱਲਾਂ ਹੀ ਕਰਦੇ ਨੇ। ਇੱਕ ਤਾਂ ਜੇ ਕਿਸੇ ਦੇ ਪਲੋਟ 'ਤੇ ਕਬਜ਼ਾ ਹੋਏਗਾ, ਉਹ ਮਾਲਕ ਆ ਕੇ ਸਭ ਤੋਂ ਪਹਿਲਾਂ ਪ੍ਰੈਸ 'ਚ ਆਏਗਾ ਕਿ ਸਾਡੇ 'ਤੇ ਕਬਜ਼ਾ ਹੋਇਆ। ਔਰ ਅੱਜ ਤੱਕ ਕਿਸੇ ਇੱਕ ਬੰਦੇ ਨੇ ਆ ਕੇ ਦੇਵੀਗੜ੍ਹ 'ਚ ਕੋਈ ਵੀ 35 ਸਾਲ ਮੈਂ ਸਮਾਣੇ ਰਿਹਾ, ਉੱਥੇ 1 ਇੰਚ ਜਗ੍ਹਾ 'ਤੇ ਕੋਈ ਦਿਖਾ ਦਿਉ, ਕੋਈ ਇਸ ਜਗ੍ਹਾ 'ਤੇ ਹੁਣ ਮੈਨੂੰ 2 ਸਾਲ ਹੋ ਗਏ, ਕੋਈ ਇੱਕ ਕਿਸਾਨ ਕਹਿ ਦੇ ਕਿ ਮੇਰੀ ਜ਼ਮੀਨ 'ਤੇ ਕੋਈ ਕਬਜ਼ਾ ਕਰਾ ਤਾ, ਕੋਈ ਪਲੋਟ 'ਤੇ ਕਬਜ਼ਾ ਕਰਾ ਦੇ, ਚੰਦੂ ਮਾਜਰਾ ਸਾਹਿਬ ਤਾਂ ਸਭ ਤੋਂ ਪਹਿਲਾਂ ਲੈ ਕੇ ਉਹਨੂੰ ਪ੍ਰੈਸ 'ਚ ਬੈਠਣਗੇ ਜੇ ਕੋਈ ਐਸੀ ਗੱਲ ਹੋਊਗੀ। ਉਹਨਾਂ ਕੋਲ ਗੱਲਾਂ ਨੇ ਕਰਨ ਨੂੰ, ਆਪ ਜੋ ਕੰਮ ਕਰਦੇ ਰਹੇ ਨੇ ਅੱਜ ਤੱਕ, ਚੰਦੂ ਮਾਜਰੇ ਦਾ ਪਿਛੋਕੜ ਅਤੇ ਉਹਦੇ ਪਿਤਾ ਜੀ ਦਾ ਪਿਛੋਕੜ ਸਾਰੇ ਪੰਜਾਬ ਨੂੰ ਪਤਾ ਕਿ ਇਹਨਾਂ ਕੋਲ ਕੀ ਸੀ ਔਰ ਅੱਜ ਕੀ ਹੈ। ਇਹਨਾਂ ਨੇ ਕਬਜ਼ੇ ਕੀਤੇ ਨੇ, ਇਹਨਾਂ ਦੇ ਭਾਂਜੇ ਵੀ ਕਬਜ਼ੇ ਕਰਦੇ ਨੇ, ਇਹਨਾਂ ਦੀਆਂ ਕਬਜ਼ਿਆਂ ਦੀਆਂ ਟੋਲੀਆਂ ਰਹੀਆਂ ਨੇ। ਸਾਡੇ ਤਾਂ 1 ਕੇਸ ਦੇਵੀਗੜ੍ਹ ਦੇ 'ਚ ਸਾਬਤ ਕਰ ਦੇਣ ਅਤੇ ਅਸੀਂ ਉਹਨੂੰ ਮੰਨ ਲਾਂਗੇ। ਇੱਕ ਦੋਸ਼ ਹੋਰ ਲਾਇਆ ਜਾਂਦਾ ਕਿ ਥਾਣਿਆਂ ਦੇ ਵਿੱਚ ਜਿਹੜੇ ਅਕਾਲੀ ਵਰਕਰ ਹੈ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੂੰ ਦਬਾਇਆ ਜਾ ਰਿਹਾ ਵੀ ਜਾਂ ਤਾਂ ਕਾਂਗਰਸ 'ਚ ਆ ਜਾਓ ਨਹੀਂ ਤਾਂ ਤੁਹਾਡੇ 'ਤੇ ਪਰਚੇ ਕਰਾਇਆ ਜਾਣਾ। ਤੁਹਾਨੂੰ ਪਤਾ 10 ਸਾਲ 'ਚ ਅਕਾਲੀ ਦਲ ਨੇ ਕਾਂਗਰਸ ਵਰਕਰਾਂ ਦੇ ਕਿੰਨੇ ਪਰਚੇ ਕੀਤੇ, ਇੱਥੇ ਤੱਕ ਕਿ ਕੈਪਟਨ ਸਾਹਿਬ ਨੂੰ ਕਮਿਸ਼ਨ ਬਿਠਾਉਣਾ ਪਿਆ, ਗਿੱਲ ਸਾਹਿਬ ਵਾਲਾ ਪ੍ਰਤਾਪ ਸਿੰਘ ਕਮਿਸ਼ਨ। ਤੁਸੀਂ ਬਦਲਾ ਲੈ ਰਹੇ ਹੋ? ਨਹੀਂ, ਕਿ ਉਹਨਾਂ ਨੂੰ ਬਿਠਾਉਣਾ ਪਿਆ ਕਿਉਂਕਿ ਇਹਨਾਂ ਨੇ ਪਰਚੇ ਕੀਤੇ ਸੀ। ਔਰ ਮੈਂ ਅੱਜ ਦਾਅਵੇ ਨਾਲ ਕਹਿੰਦਾ 1 ਪਰਚਾ ਸਾਬਤ ਕਰਦੇ ਸਨੌਰ ਸਾਡੇ ਕਿਸੇ ਪੁਲਿਸ ਸਟੇਸ਼ਨ, 1 ਪਰਚਾ FIR ਨੰਬਰ ਦੱਸ ਦੇ ਕਿ ਆ ਝੂਠਾ, ਮੈਂ ਮੰਨ ਲੂੰਗਾ ਉਸ ਗੱਲ ਨੂੰ। ਜੋ ਵੀ ਗੱਲ ਕਰੋ ਸਾਹਮਣੇ ਪ੍ਰੂਫ ਰੱਖੋ, ਰਿਕਾਰਡ ਰੱਖੋ। ਅਕਾਲੀ ਦਲ ਵਾਲਿਆਂ ਦੇ ਤਾਂ ਇਲਜ਼ਾਮ ਤੁਹਾਨੂੰ ਦੱਸਦੇ, ਤੁਸੀਂ ਕੀ ਇਲਜ਼ਾਮ ਜਿਹੜੇ ਤੁਸੀਂ ਉਹਨਾਂ 'ਤੇ ਕੌਂਟਰਲ ਦੋਸ਼ ਕੀ ਲਗਾ ਰਹੇ ਹੋ, ਜ਼ਿਆਦਾ ਸਟੇਜਾਂ 'ਤੇ ਕੀ ਬੋਲ ਕੇ ਵੋਟ ਮੰਗ ਰਹੇ ਹੋ? ਮੈਂ ਅਕਾਲੀ ਦਲ ਦੇ ਖਿਲਾਫ਼ ਕੋਈ ਗੱਲ ਨਹੀਂ ਕਹਿੰਦਾ ਕਿਉਂਕਿ ਅਕਾਲੀ ਦਲ ਬਾਰੇ ਲੋਕਾਂ ਨੂੰ ਸਮਝ ਆ ਚੁੱਕੀ ਹੈ, ਲੋਕਾਂ ਨੇ ਵਿਧਾਨ ਸਭਾ 'ਚ ਵੀ ਸਾਰੀ ਲਾਈਵ ਪ੍ਰੋਸੀਡਿੰਗ ਦੇਖੀ ਹੈ, ਲੋਕਾਂ ਨੇ ਫੁਟੇਜ ਵੀ ਦੇਖੇ ਨੇ ਜੋ ਬਹਿਬਲ ਕਲਾਂ ਅਤੇ ਕੋਟਕਪੂਰੇ ਹੋਏ ਨੇ। ਸਾਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ, ਕੋਈ ਗੁੰਜਾਇਸ਼ ਹੀ ਨਹੀਂ ਰਹਿ ਗਈ। ਅਸੀਂ ਤਾਂ ਕਹਿ ਰਹੇ ਹਾਂ ਵੀ ਅਸੀਂ ਕੰਮ ਕੀਤਾ, ਸਾਨੂੰ ਵੋਟਾਂ ਪਾਓ। ਬਰਗਾੜੀ ਕਾਂਡ ਜੋ ਤੁਸੀਂ ਜਿਹਦਾ ਜ਼ਿਕਰ ਕੀਤਾ, ਉਹਦਾ ਸਾਰੇ ਹੀ ਪੰਜਾਬ ਨੂੰ ਕੀ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਜੋ ਮੰਨਣ ਵਾਲੇ ਸਾਰਿਆਂ ਨੂੰ ਬਹੁਤ ਦੁੱਖ ਹੈ। ਤੁਸੀਂ ਇੱਥੇ ਦੋਸ਼ ਲਾ ਰਹੇ ਹੋ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਉਹਦੇ ਵਿੱਚ ਵੀ ਬਹੁਤ ਕੁਛ ਆ ਰਿਹਾ, ਪਰ ਉਹਨਾਂ ਲੋਕਾਂ 'ਤੇ ਪਰਚੇ ਕਿਉਂ ਨਹੀਂ ਕੀਤੇ ਜਾ ਰਹੇ? ਸਰਕਾਰ ਤੁਹਾਡੀ ਆ, ਤੁਸੀਂ ਦੋਸ਼ ਲਾ ਰਹੇ ਹੋ, ਪਰਚੇ ਕਿਉਂ ਨਹੀਂ ਕੀਤੇ ਜਾ ਰਹੇ? ਇਹਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਹੈ, ਉਹਦੇ ਬਿਨਾਂ 'ਤੇ ਸਿੱਟ ਬਣਾ ਦਿੱਤੀ ਗਈ ਹੈ। ਔਰ ਅਸੀਂ ਨਹੀਂ ਚਾਹੁੰਦੇ ਕੋਈ ਸਾਨੂੰ ਇਹ ਕਹੇ ਕਿ ਪੋਲੀਟੀਕਲ ਵੈਂਡੇਟਾ ਜਾਂ ਕਿਸੇ ਜਮਾਤ ਦੇ ਖਿਲਾਫ਼ ਹੈ। ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਕੋਈ ਪੋਲੀਟੀਕਲ ਵੈਂਡੇਟਾ ਨਹੀਂ ਕਰਨਾ ਚਾਹੁੰਦਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਇੱਕੋ ਗੱਲ ਚਾਹੁੰਦਾ ਕਿ ਜਿਹੜੇ ਦੋਸ਼ੀ ਨੇ ਉਹ ਸਾਹਮਣੇ ਲਿਆਏ ਜਾਣ, ਔਰ ਉਹਨਾਂ ਦੇ ਖਿਲਾਫ਼ ਐਵੀਡੈਂਸ ਹੋਵੇ ਅਤੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ, ਔਰ ਲਾਅ ਇਜ਼ ਗੋਇੰਗ ਟੂ ਟੇਕ ਇਟਸ ਓਨ ਕੋਰਸ। ਤੁਸੀਂ ਮੀਡੀਆ ਦੇ ਵਿੱਚ ਕਿਹਾ ਕਿ ਮੈਂ ਉਸ ਸਮੇਂ ਅਕਾਲੀ ਦਲ ਦੇ ਵਿੱਚ ਸੀ, ਸੁਖਬੀਰ ਬਾਦਲ ਨੇ ਕੁਛ ਆਰਡਰ ਦਿੱਤੇ ਸੀ, ਹੁਕਮ ਦਿੱਤੇ ਸੀ, ਉਹ ਤੁਸੀਂ ਚੈਨਲ ਆਈ ਪੰਜਾਬ ਨੂੰ ਦੱਸਣਾ ਚਾਹੋ? ਮੈਂ ਜੋ ਕਿਹਾ, ਮੇਰੀ ਸਟੇਟਮੈਂਟ ਆਈ ਸੀ ਪੰਜਾਬੀ ਟ੍ਰਿਬਿਊਨ ਦੇ 'ਚ, ਆਈ ਸਟਿਕ ਵਿਦ ਦੈਟ ਸਟੇਟਮੈਂਟ। ਜੋ ਮੈਂ ਕਿਹਾ ਉਹ ਸੱਚ ਕਿਹਾ, ਇੱਕ ਵੀ ਅਕਾਲੀ ਦਲ ਦੇ ਕਿਸੇ ਬੁਲਾਰੇ ਨੇ ਮੇਰੀ ਸਟੇਟਮੈਂਟ ਦਾ ਜਵਾਬ ਨਹੀਂ ਦਿੱਤਾ। ਤੁਸੀਂ ਉਸੀ ਗੱਲ ਤੋਂ ਲਾ ਲਓ ਕਿ ਉਹ ਬਿਲਕੁਲ ਸੱਚੀ ਗੱਲ ਹੈ, ਤਾਂ ਹੀ ਅਕਾਲੀ ਦਲ ਉਸ 'ਤੇ ਬਿਲਕੁਲ ਚੁੱਪ ਕਰ ਗਿਆ ਸੀ। ਚੈਨਲ ਆਈ ਪੰਜਾਬ ਦੇ ਦਰਸ਼ਕਾਂ ਨੂੰ ਤੁਸੀਂ ਥੋੜ੍ਹਾ ਡਿਟੇਲ ਦੇ ਵਿੱਚ ਉਹ ਦੱਸੋ ਜੋ ਵੀ ਉਸ ਸਮੇਂ ਦਾ ਵੇਰਵਾ।
ਮੈਂ ਉਸ ਗੱਲ ਬਾਰੇ ਬਿਲਕੁਲ ਜ਼ਿਕਰ ਨਹੀਂ ਕਰਨਾ ਚਾਹੁੰਦਾ। ਜੋ ਸਟੇਟਮੈਂਟ ਆਈ ਹੈ ਉਹ ਸਾਰੇ ਸੋਸ਼ਲ ਮੀਡੀਆ 'ਤੇ ਵੀ ਹੈ, ਇੱਕ ਇੱਕ ਸ਼ਬਦ ਬਿਲਕੁਲ ਉਹਦੇ 'ਚ ਸਹੀ ਲਿਖਿਆ ਗਿਆ, ਹੋਰ ਇਸ ਤੋਂ ਬਾਅਦ ਕੋਈ ਵਿਸਤਾਰ ਵਾਲੀ ਗੱਲ ਨਹੀਂ। 19 ਤਰੀਕ ਨੂੰ ਵੋਟਾਂ ਪੈਣੀਆਂ, ਅਕਾਲੀ ਦਲ ਦੇ ਸਟੇਜਾਂ 'ਤੇ ਇੱਕ ਗੱਲ ਕਹੀ ਜਾਂਦੀ ਕਿ ਕਾਂਗਰਸ ਵੱਲੋਂ ਧੱਕਾ ਕੀਤਾ ਜਾਏਗਾ। ਤੁਹਾਡੇ ਪਿਛਲੇ ਕੁਝ ਬਿਆਨਾਂ ਨੂੰ ਉਹ ਦੁਹਰਾ ਕੇ ਕਹਿੰਦੇ ਨੇ ਕਿ ਹੈਰੀ ਮਾਨ ਨੇ ਆਪਣੇ ਕਾਂਗਰਸੀ ਵਰਕਰਾਂ ਨੂੰ ਕਿਹਾ ਆ ਕਿ ਜਿਸ ਤਰ੍ਹਾਂ ਵੀ ਹੋ ਸਕਦਾ ਆ ਤੁਸੀਂ ਆਪਾਂ ਇਹ ਚੋਣਾਂ ਜਿੱਤਣੀਆਂ। ਇਸ ਤਰ੍ਹਾਂ ਕਿ ਸਾਡੇ ਸਨੌਰ ਕੌਂਸਟੀਚੁਐਂਸੀ 'ਚ 41 ਸਾਡੀਆਂ ਬਲੋਕ ਸਮਤੀਆਂ ਨੇ, ਉਹਨਾਂ ਨੇ 82 ਕਾਗਜ਼ ਭਰੇ ਸੀ ਉਹ 41 ਵਾਸਤੇ, ਦੋ ਦੋ ਹਰੇਕ ਆਪਣੀ ਸੀਟ ਤੋਂ ਜ਼ੋਨ ਤੋਂ 82 ਦੇ 82 ਕਾਗਜ਼ ਸਹੀ ਪਾਏ ਗਏ। ਇੱਕ ਕਾਗਜ਼ ਸ਼੍ਰੋਮਣੀ ਅਕਾਲੀ ਦਲ ਦਾ ਸਨੌਰ 'ਚ ਰਿਜੈਕਟ ਨਹੀਂ ਹੋਇਆ। ਉਹਨਾਂ ਨੇ ਜ਼ਿਲ੍ਹਾ ਪਰਿਸ਼ਦ ਦੇ 10 ਕਾਗਜ਼ ਭਰੇ ਸੀ 5 ਜ਼ੋਨਾਂ ਵਾਸਤੇ, 10 ਦੇ 10 ਸਹੀ ਪਾਏ ਗਏ, ਅਤੇ ਕਾਂਗਰਸ ਦਾ ਧੱਕਾ ਤਾਂ ਦੱਸ ਦਿਓ ਕਿੱਥੇ ਹੋਇਆ ਜੀ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੋਈ ਵੀ ਧੱਕਾ ਕਾਂਗਰਸ ਵੱਲੋਂ ਨਹੀਂ ਕੀਤਾ ਜਾਏਗਾ, ਵੋਟਿੰਗ ਜੋ ਸ਼ਾਂਤੀਪੂਰਵਕ ਹੋਏਗੀ? ਨਾ ਧੱਕਾ ਕੀਤਾ ਨਾ ਧੱਕਾ ਕਰਾਂਗੇ, ਲੇਕਿਨ ਜੇ ਉਹਨਾਂ ਨੇ ਕੋਸ਼ਿਸ਼ ਕੀਤੀ ਕੋਈ ਗਲਤ ਕੰਮ ਕਰਨ ਦੀ, ਫਿਰ ਅਸੀਂ ਡਟਾਂਗੇ। ਉਹਨਾਂ ਨੇ 10 ਸਾਲ ਸਾਡੇ ਵਰਕਰਾਂ 'ਤੇ ਜੋ ਤਸ਼ੱਦਦ ਕੀਤੇ ਸੀ, ਸਾਡੇ ਕਾਗਜ਼ ਰਿਜੈਕਟ ਕਰਾਏ। ਇਹ ਹਲਕਾ ਇੱਕੋ ਹੀ ਹੈ ਸਾਰੇ ਪਟਿਆਲੇ 'ਚ ਵੀ, ਜਿੱਥੇ ਇੱਕ ਕਾਗਜ਼ ਰਿਜੈਕਟ ਨਹੀਂ ਹੋਇਆ, ਕਿਉਂਕਿ ਮੈਂ ਸਮਝਦਾ, ਮੈਂ 1.5 ਸਾਲ ਕੰਮ ਕੀਤਾ, ਮਹਾਰਾਣੀ ਸਾਹਿਬ ਦਾ ਆਸ਼ੀਰਵਾਦ ਹੈ ਕਿ ਅਸੀਂ ਚੋਣ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਕਿ ਸਾਡੇ 1.5 ਸਾਲ ਦੀ ਮਿਹਨਤ ਅਤੇ ਕੰਮ ਸਾਨੂੰ ਕੀ ਲੋਕ ਦਿੰਦੇ ਨੇ। ਉਹ ਤਾਂ ਅਸੀਂ ਇੱਕ ਫੇਅਰ ਇਲੈਕਸ਼ਨ ਚਾਹੁੰਦੇ ਹਾਂ ਕਿ ਕਿਤੇ ਧੱਕਾ ਨਾ ਹੋਵੇ, ਕਿਤੇ ਪੋਲਿੰਗ ਨਾ ਰੋਕੀ ਜਾਵੇ, ਕਿਉਂਕਿ ਅਸੀਂ ਚਾਹੁੰਦੇ ਹਾਂ ਟੋਟਲ ਮੈਕਸੀਮਮ ਪੋਲਿੰਗ ਹੋਵੇ, ਔਰ ਸਾਨੂੰ ਪਤਾ ਲੱਗੇ ਅਸੀਂ 1.5 ਸਾਲ 'ਚ ਜਿਹੜੀ ਮੈਨੂੰ 54,000 ਵੋਟ ਪਈ ਸੀ ਉਹ ਅੱਜ ਅਸੀਂ ਕਿੱਥੇ ਪਹੁੰਚਦੇ ਹਾਂ। ਇਹ ਤੁਹਾਨੂੰ 22 ਤਰੀਕ ਨੂੰ ਸਾਰਾ ਕੁਝ ਸਾਹਮਣੇ ਆ ਜਾਏ। ਇੱਕ ਹੋਰ ਮੈਂ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਅਕਾਲੀ ਦਲ ਦੇ ਕੁਝ ਲੀਡਰ ਸਟੇਜਾਂ ਉੱਤੇ ਬੋਲ ਰਹੇ ਆ ਕਿ ਹੈਰੀ ਮਾਨ ਸਮਾਣੇ ਤੋਂ ਆਏ ਨੇ ਅਤੇ ਉਹ ਆਪਣਾ OSD ਵੀ ਨਾਲ ਲੈ ਕੇ ਆਏ। ਜਿਹੜੇ ਸਮਾਣੇ ਤੋਂ ਅਸੀਂ ਆਏ ਹਾਂ, ਸਾਨੂੰ ਪਾਰਟੀ ਨੇ ਇੱਥੋਂ ਟਿਕਟ ਦਿੱਤੀ ਹੈ। ਮੈਂ ਸਮਾਣੇ ਤੋਂ ਟਿਕਟ ਮੰਗਦਾ ਸੀ, ਸਰ ਲਾਲ ਸਿੰਘ ਇੱਥੋਂ ਲੜਦੇ ਹੁੰਦੇ ਸੀ, ਪਾਰਟੀ ਨੇ ਦਿੱਤੀ ਹੈ ਮੈਨੂੰ ਟਿਕਟ ਇੱਥੇ ਦੀ। ਜਾਖੜ ਸਾਹਿਬ ਨੂੰ ਜਾ ਕੇ ਗੁਰਦਾਸਪੁਰ ਤੋਂ ਲੜਾਇਆ। ਇਹ ਪਾਰਟੀ ਦੇ ਹੁਕਮ ਹੁੰਦੇ ਨੇ, ਜੋ ਪਾਰਟੀ ਹੁਕਮ ਕਰਦੀ ਉਹ ਸਾਨੂੰ ਮੰਨਣਾ ਪੈਂਦਾ, ਔਰ ਜਦੋਂ ਤੁਸੀਂ ਕਿਤੇ ਜਾਂਦੇ ਹੋ ਤੁਹਾਡੇ ਆਪਣੇ ਟੀਮ ਦੇ ਮੈਂਬਰ ਵੀ ਤੁਹਾਡੇ ਨਾਲ ਹੀ ਹੁੰਦੇ ਨੇ। ਇਹ ਹਰੇਕ ਜਗ੍ਹਾ 'ਤੇ, ਇਹ ਚੰਦੂ ਮਾਜਰੇ ਦਾ ਬੇਟਾ ਇਹ ਜਾ ਕੇ ਕਰ ਰਿਹਾ ਸੀ ਲਹਿਰਿਕ ਅੱਗੇ, ਇਹ ਕਰ ਰਿਹਾ ਸੀ ਸਰੰਦ, ਇਹ ਕਰ ਰਿਹਾ ਸੀ ਸੁਨਾਮ, ਉਹ ਚੰਦੂ ਮਾਜਰਾ ਸਾਹਿਬ ਦੇ ਨਾਲ ਹੀ ਗਿਆ ਸੀ ਨਾ ਜੀ। ਇਹਦੇ ਜਿਹੜੇ PA ਨੇ ਚੰਦੂ ਮਾਜਰੇ ਦੇ, ਇਹਦੇ ਦੋਨੋਂ ਭਾਣਜੇ, ਉਹ ਵੀ ਪਹਿਲਾਂ ਲਹਿਰਿਕ ਅੱਗੇ ਸੀਗੇ, ਉਹਦੇ ਨਾਲ ਹੀ ਸਰੰਦ ਚਲੇ ਗਏ, ਉਹਦੇ ਨਾਲ ਹੀ ਸੁਨਾਮ ਚਲੇ ਗਏ, ਉਹਦੇ ਨਾਲ ਹੀ ਅਨੰਦਪੁਰ ਸਾਹਿਬ ਚਲੇ ਗਏ। ਇਹ ਤਾਂ ਟੀਮ ਵਰਕ ਹੁੰਦਾ, ਪਾਰਟੀ ਦੇ ਜਿਹੜੇ ਕਮਿਟਡ ਵਰਕਰ ਹੁੰਦੇ ਨੇ ਉਹ ਆਪਣੇ ਲੀਡਰ ਨਾਲ, ਆਪਣੇ ਪਰਿਵਾਰ, ਸਾਡਾ ਪਰਿਵਾਰ ਹੁੰਦਾ, ਅਸੀਂ ਪਰਿਵਾਰ ਦੇ ਤੌਰ 'ਤੇ ਕੰਮ ਕਰਦੇ ਹਾਂ। ਵੋਟਾਂ ਮੰਗਣ ਜਾਂਦਿਆਂ ਤੁਸੀਂ ਆਪਣੇ ਵਿਕਾਸ ਦੀ ਗੱਲ ਤਾਂ ਕਰ ਰਹੇ ਹੋ, ਜਿਹੜਾ ਤੁਸੀਂ ਵਿਕਾਸ ਕਰਵਾਉਣਾ ਹੈ ਉਹ ਕਿਹੜਾ ਕਿਹੜਾ? ਅਸੀਂ ਕੈਪਟਨ ਸਾਹਿਬ ਤੋਂ ਮਨਜ਼ੂਰ ਕਰਾਇਆ ਬਹਾਦਰਗੜ੍ਹ ਜ਼ੋਨ ਦੇ ਸਾਡੇ 61 ਪਿੰਡ ਨੇ, ਜਿਨ੍ਹਾਂ ਨੂੰ 1-1 ਕਰੋੜ ਰੁਪਏ ਨਾਲ ਅਸੀਂ ਨਹਿਰ ਕਨਾਲ ਬੇਸਡ ਵਾਟਰ ਪ੍ਰੋਵਾਈਡ ਕਰਨ ਲੱਗੇ ਹਾਂ। ਉਹ ਤਕਰੀਬਨ 61 ਕਰੋੜ ਰੁਪਇਆ ਕੈਪਟਨ ਸਾਹਿਬ ਉਹ ਅਗਲੇ ਮਹੀਨੇ ਆ ਕੇ ਨੀਂਹ ਪੱਥਰ ਰੱਖ ਰਹੇ ਨੇ। ਇੱਕ ਸਾਡੇ ਯੂਨੀਵਰਸਿਟੀ ਦੇ ਅੱਗੇ ਜਿੱਥੇ 12 ਪੰਚਾਇਤਾਂ ਨੇ, ਉੱਥੇ ਅਸੀਂ ਸੀਵਰੇਜ, ਟੋਟਲ ਏਰੀਏ ਸੀਵਰੇਜ ਲਈ ਪਾਸ ਕਰਾਇਆ ਪ੍ਰੋਜੈਕਟ ਕੈਪਟਨ ਸਾਹਿਬ ਤੋਂ, ਔਰ 54 ਕਰੋੜ ਦਾ ਉਹ ਪ੍ਰੋਜੈਕਟ ਹੈ, ਉਹ ਵੀ ਅਸੀਂ ਕੈਪਟਨ ਸਾਹਿਬ ਤੋਂ ਨੀਂਹ ਪੱਥਰ ਰਖਾਉਣਾ। ਇਹ ਤਕਰੀਬਨ 1 ਕਰੋੜ 15 115 ਕਰੋੜ ਰੁਪਇਆ ਜਿਹੜਾ ਅਗਲੇ ਮਹੀਨੇ
ਉਹ ਆਪ ਨੀਂਹ ਪੱਥਰ ਰੱਖ ਕੇ ਜਾਣਗੇ। ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 10 ਸਾਲਾਂ 'ਚ ਇਸ ਹਲਕੇ 'ਚ 1 ਕਰੋੜ ਲਾਇਆ ਹੋਵੇ ਤਾਂ ਦੱਸੋ, ਔਰ ਮੈਂ 225 ਕਰੋੜ ਰੁਪਇਆ ਆ 1.5 ਸਾਲ 'ਚ ਇੱਥੇ ਲੈ ਕੇ ਆਇਆ। ਇਹਦਾ ਜਵਾਬ ਅਕਾਲੀ ਦਲ ਮੇਰੇ ਨਾਲ ਕਰ ਲਏ, ਕਿਤੇ ਮਰਜ਼ੀ ਬਹਿ ਕੇ ਲੇਖਾ ਜੋਖਾ ਕਰ ਲਏ। ਕਾਂਗਰਸ ਦੇ ਕੁਛ ਸਰਪੰਚ ਇਹਨਾਂ ਦਿਨਾਂ ਦੇ ਵਿੱਚ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ, ਹੁੰਦਾ ਇੰਝ ਹੈ ਕਿ ਸ਼ਾਸਕ ਪਾਰਟੀ ਦੇ ਵਿੱਚ ਲੋਕ ਆਉਂਦੇ? ਪਹਿਲੀ ਗੱਲ ਹੈ, ਕਾਂਗਰਸ ਦੇ ਸਰਪੰਚ ਬਣੇ ਬੜੇ ਘੱਟ ਸੀ ਪਿਛਲੀ ਵਾਰ, ਇਹਨਾਂ ਨੇ ਬਣਨ ਹੀ ਨਹੀਂ ਦਿੱਤੇ ਸੀ, ਧੱਕੇ ਨਾਲ ਇਹਨਾਂ ਨੇ ਆਪਣੇ ਸਰਪੰਚ ਬਣਾਏ ਸੀ। ਔਰ ਇੱਕ ਸਰਪੰਚ ਦਾ ਨਾਂ ਦੱਸ ਦਿਓ ਸਾਰੇ 255 ਪੰਚਾਇਤਾਂ 'ਚੋਂ ਜਿਹੜਾ ਕਾਂਗਰਸ ਛੱਡ ਕੇ ਇਹਨਾਂ ਨਾਲ ਗਿਆ ਹੋਵੇ, ਤਾਂ ਮੈਨੂੰ ਪਤਾ ਲੱਗ ਜਾਏਗਾ ਜੀ। ਕੋਈ ਨਾ, ਉਹ ਸਾਡਾ ਸੀਗਾ, ਅਕਾਲੀ ਦਲ ਦਾ ਸਰਪੰਚ ਸੀ। ਅਕਾਲੀ ਦਲ ਦੁਬਾਰਾ ਆਪਣੇ ਬੰਦੇ ਨੂੰ ਸਰੋਪਾ ਪਾ ਰਿਹਾ, ਜਾਂ ਤਾਂ ਉਹਦੀ ਫੋਟੋ ਦਿਖਾ ਦਿਓ ਕਿ ਨਾ ਅਸੀਂ ਸਾਡੇ ਸ਼ਾਮਿਲ ਹੋਇਆ ਹੋਵੇ, ਅਸੀਂ ਸ਼ਾਮਿਲ ਕੀਤਾ ਹੋਵੇ। ਉਹ ਤਾਂ ਅਕਾਲੀ ਦਲ ਦੀ ਟਿਕਟ 'ਤੇ ਲੜਿਆ, ਅੱਜ ਵੀ ਅਕਾਲੀ ਦਲ 'ਚ, ਕੱਲ੍ਹ ਵੀ ਅਕਾਲੀ ਦਲ ਸੀਗਾ। ਸਨੌਰ ਹਲਕੇ ਤੋਂ ਤੁਹਾਨੂੰ ਕਿੰਨੀਆਂ ਕੁ ਸੀਟਾਂ ਮਿਲ ਜਾਣਗੀਆਂ? ਦੇਖੋ, ਸੀਟਾਂ ਦਾ ਮੈਂ ਹੁਣ ਅੱਜ ਪੋਲਿੰਗ ਤੋਂ ਪਹਿਲਾਂ ਨਹੀਂ ਕਹਿ ਸਕਦਾ, ਔਰ ਜੋ ਮੈਂ ਦੇਖਿਆ ਸਾਰੇ ਹਲਕੇ 'ਚ ਜੋ ਰੁਝਾਅ ਹੈ, ਜੋ ਬਹਾਦਰਗੜ੍ਹ ਜ਼ੋਨ, ਚੌਰਾ ਜ਼ੋਨ, ਜਿਹੜੇ ਨਾ ਮਿਸਿੰਗਨ ਅੱਜ ਮੈਂ ਜਾ ਕੇ ਆਇਆ, ਦੁਧਨ ਸਾਧਨ ਜ਼ੋਨ, ਮੇਰਾ ਤਾਂ ਖਿਆਲ ਹੈ ਕਿ ਇੱਕ ਵੀ ਬਲੋਕ ਸੰਮਤੀ ਉਹਨਾਂ ਨੂੰ ਨਹੀਂ ਮਿਲਣੀ ਇੱਥੇ, ਕਿਉਂ ਲੋਕਾਂ ਨੇ ਫੈਸਲਾ ਕੀਤਾ। ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆ ਬਹਿਬਲ ਕਲਾਂ ਕਰਕੇ, ਕੋਟਕਪੂਰੇ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਤੱਕੜੀ 'ਤੇ ਕੋਈ ਮੋਹਰ ਨਹੀਂ ਲਾਏਗਾ। ਜਿਹਨੂੰ ਵੀ ਕੋਈ ਗੁਰੂ ਗ੍ਰੰਥ ਸਾਹਿਬ ਵਿੱਚ ਆਸਤਾ, ਉਹ ਕਦੀ ਵੀ ਨਹੀਂ ਇਹ ਕਰੇਗਾ। ਸੋ ਇਹਨਾਂ ਨੂੰ ਸੀਟ ਜਿੱਤਣਾ ਬਹੁਤ ਦੂਰ ਹੈ, ਮੈਨੂੰ ਲੱਗਦਾ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਆਖਿਰ ਵਿੱਚ ਆਪਣੇ ਵੋਟਰਾਂ ਅਤੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹੀ ਚਾਹਾਂਗਾ ਕਿ ਜਿਸ ਤਰ੍ਹਾਂ ਮੇਰੇ ਵਰਕਰ ਅੱਜ ਕਾਂਗਰਸ ਪਾਰਟੀ ਦੇ ਵਰਕਰ, ਮਹਾਰਾਣੀ ਪ੍ਰਨੀਤ ਕੌਰ ਜੀ ਦੇ ਵਰਕਰ ਤਕੜੇ ਹੋਏ ਨੇ, ਜਿੰਨਾ ਹੌਂਸਲਾ ਮੈਂ ਵਰਕਰਾਂ 'ਚ ਦੇਖਦਾ, ਮੇਰਾ ਹੌਂਸਲਾ ਦੁੱਗਣਾ ਹੁੰਦਾ। ਮੈਂ ਆਪਣੇ ਵਰਕਰਾਂ ਨੂੰ ਬਹੁਤ ਤਕੜਾ ਕਰਨਾ ਚਾਹੁੰਦਾ, ਔਰ ਉਹਨਾਂ ਨੂੰ ਚਾਹੁੰਦਾ ਤਕੜੇ ਹੋ ਕੇ ਪਿੰਡਾਂ 'ਚ ਵੋਟ ਮੰਗੋ, ਔਰ ਬਿਲਕੁਲ ਪੀਸਫੁੱਲ ਇਲੈਕਸ਼ਨ ਕਰਾਓ, ਔਰ ਮੈਕਸੀਮਮ ਪੋਲਿੰਗ ਕਰਾਓ, ਸੋ ਦੈਟ ਸਾਨੂੰ ਪਤਾ ਲੱਗ ਸਕੇ ਅੱਜ ਕਾਂਗਰਸ ਪਾਰਟੀ ਕਿਸ ਗਰਾਊਂਡ ਲੈਵਲ 'ਤੇ ਖੜ੍ਹੀ ਹੈ, ਔਰ ਅਕਾਲੀਆਂ ਨੂੰ ਉਹਨਾਂ ਦੀ ਪਿਕਚਰ ਸਾਹਮਣੇ ਆ ਜੂਗੀ ਅਤੇ ਕਾਂਗਰਸ ਨੂੰ ਆਪਣਾ ਪਤਾ ਲੱਗ ਜੇ। ਹਰੀਮਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਚਲਾ, ਧੰਨਵਾਦ। ਇਹ ਸਨ ਹਲਕਾ ਸਨੌਰ ਤੋਂ ਕਾਂਗਰਸ ਦੇ ਹਲਕਾ ਮੁਖੀ ਹਰਿੰਦਰਪਾਲ ਸਿੰਘ ਹਰੀਮਾਨ। ਇਸ ਦੇ ਨਾਲ ਹੀ ਕੁਲਵੰਤ ਸਿੰਘ ਅਗੜਪੁਰੀ ਨੂੰ ਦਿਓ ਇਜਾਜ਼ਤ, ਅਗਲੇ ਪ੍ਰੋਗਰਾਮ ਚੋਣ ਚਰਚਾ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ।